इस वीडियो विच असी ए समझण जा रहे हां कि असी साइकोलॉजिकली जां साइकोलॉजी द्वारा दसियां गईयां स्ट्रेटजीज अप्लाई करके जो क्वेश्चन है उसनू किद्दां आसानी नाल समझ सकते हां, जब तक क्वेश्चन नू समझानेंगे नहीं आंसर असी सही नहीं दे सकते। ठीक है, असी ये जानते हां कि एपीएस टेट दिसंबर 2021 पेपर पेंसिल टेस्ट है, पेपर है पेंसिल है, ਤੁਸੀਂ ਇਹਨੂੰ ਵਰਤ ਸਕਦੇ ਹੋ। ਕੁਐਸਚਨ ਪੇਪਰ ਤੁਹਾਡੇ ਕੋਲ ਹੈ, ਇਸ ਰੂਪ ਵਿੱਚ ਹੋਏਗਾ, ਓਆਰਐਮਆਰ ਸ਼ੀਟ ਹੋਏਗੀ ਤੇ ਇਹ ਟੈਕਨੀਕ ਜਿਹੜੀਆਂ ਹਨ ਕਿ ਇਹ ਸਟੈਮ ਹੈ, ਸਟੈਮ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਆਪਸ਼ਨ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਤੁਸੀਂ ਤੁਹਾਡਾ ਪ੍ਰੈਪਰੇਸ਼ਨ ਲੈਵਲ ਕੁਛ ਵੀ ਹੈ, ਐਬਿਲਿਟੀ ਲੈਵਲ ਕੁਛ ਵੀ ਹੈ। ਹਾਂ, ਜਿਹੜੇ ਬੱਚੇ ਅਕਸਰ ਫੇਲ ਹੁੰਦੇ ਹਨ ਜਾਂ 2-3 ਵਾਰ ਪੇਪਰ ਦੇ ਚੁੱਕੇ ਹਨ, ਉਹਨਾਂ ਲਈ ਇਹ ਸਟ੍ਰੈਟਜੀਜ਼ ਬਹੁਤ ਜ਼ਰੂਰੀਆਂ ਹਨ। ਉਹ ਸਟ੍ਰੈਟਜੀਜ਼ ਕੀ ਹਨ ਕਿ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ? ਨੰਬਰ 1, ਸਭ ਤੋਂ ਪਹਿਲਾਂ ਜਿਹੜੀ ਕਿ ਪੇਪਰ ਦੇ ਵਿੱਚ ਨਹੀਂ ਤੁਹਾਨੂੰ ਥੋੜੀ ਦੇਰ ਪਹਿਲਾਂ ਉਹ ਜ਼ਰੂਰੀ ਹੈ, ਉਹ ਹੈ ਕਿ ਆਪਣੀਆਂ ਇੰਸਟਰਕਸ਼ਨ ਜਿਹੜੀਆਂ ਵੀ ਹਨ ਤੁਹਾਨੂੰ ਕਲੀਅਰ ਚਾਹੀਦੀਆਂ ਹਨ। ਇਸ ਬਾਰੇ ਵੀਡੀਓ ਵੱਖਰਾ ਦਿੱਤਾ ਜਾ ਚੁੱਕਾ ਹੈ ਤੇ ਉਹ ਤੁਸੀਂ ਦੇਖ ਸਕਦੇ ਹੋ। ਇੰਸਟਰਕਸ਼ਨ ਜੇ ਕਲੀਅਰ ਹਨ, ਫਾਇਦਾ ਕੀ ਹੈ ਕਿ ਤੁਹਾਡਾ ਟੈਨਸ਼ਨ ਲੈਵਲ ਥੋੜਾ ਘੱਟ ਰਹੇਗਾ, ਕੌਨਫੀਡੈਂਸ ਥੋੜਾ ਵੱਧ ਰਹੇਗਾ ਕੀ ਕਿੱਥੇ ਮੈਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਠੀਕ, ਇਹ ਕੁਐਸਚਨ ਨੂੰ ਸਮਝਣ ਵਿੱਚ ਇਹ ਗੱਲ ਹੈਲਪ ਕਰਦੀ ਹੈ ਸਾਈਕੋਲੋਜੀ ਮੁਤਾਬਕ। ਦੂਸਰੀ ਗੱਲ ਕਿ ਤੁਸੀਂ ਮੈਂਟਲ ਇਮੇਜ ਆਫ ਪਾਸਟ ਐਕਸਪੀਰੀਅੰਸ ਬਣਾ ਸਕਦੇ ਹੋ। ਮੰਨ ਲਓ ਕਿ ਤੁਸੀਂ ਪਹਿਲਾਂ ਟੀਈਟੀ ਦਿੱਤਾ ਹੈ, ਕਿਸੇ ਨੇ ਇੱਕ ਟੀਈਟੀ ਦਿੱਤਾ ਹੈ, ਇੱਕ ਕਿਸੇ ਨੇ 2 ਵਾਰ ਦਿੱਤਾ ਹੈ, ਕਿਸੇ ਨੇ 3 ਵਾਰ ਦਿੱਤਾ ਹੈ। ਠੀਕ ਹੈ, ਮੈਂ ਤਾਂ ਇਸ ਤੋਂ ਵੱਧ ਵਾਰ ਫੇਲ ਹੋਇਆ ਹਾਂ। ਇਟ ਮੀਨਸ ਤੁਹਾਡੇ ਕੋਲ 1 ਵਾਰ, 2 ਵਾਰ, 3 ਵਾਰ ਦੇਣ ਦਾ ਪੇਪਰ ਦੇਣ ਦਾ ਐਕਸਪੀਰੀਅੰਸ ਹੈ। ਉਹ ਐਕਸਪੀਰੀਅੰਸ ਹੁਣ ਯਾਦ ਕਰੋ ਕਿ ਮੈਂ ਉਦੋਂ ਕਿਹੜੀਆਂ ਐਰਰਸ ਕੀਤੀਆਂ ਸੀ ਕੁਐਸਚਨ ਪੇਪਰ ਰੀਡ ਕਰਨ ਦੇ ਸਮੇਂ ਦੀ ਜਾਂ ਪੇਪਰ ਦੇਣ ਦੇ ਸਮੇਂ ਦੀ। ਉਹ ਐਰਰਸ ਨੂੰ 1 ਵਾਰੀ ਲਿਖ ਲਓ। ਠੀਕ, ਉਹ ਐਰਰਸ ਇਸ ਵਕਤ ਤੁਹਾਡੇ ਲਈ ਵਰਦਾਨ ਹਨ ਜੇ ਤੁਸੀਂ ਉਹ ਐਰਰ ਨੂੰ ਲਿਖ ਲੈਂਦੇ ਹੋ। ਨੈਚੁਰਲੀ ਹੈ ਕਿ ਹੁਣ ਜਦੋਂ ਪੇਪਰ ਇਹ ਦੇ ਰਹੇ ਹੋ ਤੇ ਉਸ ਵਿੱਚ ਇਹ ਗਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ। ਉਸਦੀ 1 ਵਾਰੀ ਮੈਂਟਲ ਇਮੇਜ ਬਣਾ ਲਓ ਕਿ ਪਿਛਲੀ ਵਾਰ ਮੈਂ ਇਹ ਗਲਤੀਆਂ ਕੀਤੀਆਂ ਸੀ ਤੇ ਪੇਪਰ ਪੜ੍ਹਦੇ ਸਮੇਂ, ਔਖਾ ਕੁਐਸਚਨ ਪੜ੍ਹਦੇ ਸਮੇਂ ਜਾਂ ਪੇਪਰ ਅਟੈਂਪਟ ਕਰਨ ਲਈ, ਤੇ ਉਹ ਗਲਤੀਆਂ ਹੁਣ ਦੁਬਾਰਾ ਨਹੀਂ ਕਰਨੀਆਂ। ਠੀਕ ਹੈ, ਦੂਸਰੀ ਜਿਹੜਾ ਰੂਲ ਹੈ, ਰੂਲ ਨੰਬਰ 2 ਕਿ ਹਰ ਹਾਲਤ ਵਿੱਚ ਤੁਹਾਨੂੰ ਕੁਐਸਚਨ ਦੀ ਸਟੈਮ ਦੀ ਸਮਝ ਆਣੀ ਚਾਹੀਦੀ ਹੈ। ਜੇਕਰ ਸਟੈਮ ਹੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਉਸਦਾ ਉੱਤਰ ਨਹੀਂ ਦਿਓਗੇ। ਸਟੈਮ ਕੀ ਹੈ? ਇਹ ਜੋ ਕੁਐਸਚਨ ਹੈ, ਵਿੱਚ ਵਨ ਆਫ ਦੀ ਥਿਊਰੀਜ਼ ਆਫ ਇੰਟੈਲੀਜੈਂਸ, ਓਕੇ, ਐਡਵੋਕੇਟ ਦਾ ਪ੍ਰੈਜੈਂਸ ਆਫ ਜਨਰਲ ਇੰਟੈਲੀਜੈਂਸ ਐਂਡ ਸਪੈਸੀਫਿਕ ਇੰਟੈਲੀਜੈਂਸ, ਇਹਦੀ ਸਮਝ ਆਉਣੀ ਜ਼ਰੂਰੀ ਹੈ। ਉਹਦੀ ਸਮਝ ਕਿਸ ਤਰ੍ਹਾਂ ਆ ਸਕਦੀ ਹੈ? ਜੇਕਰ ਔਖਾ ਹੈ, ਘੱਟ ਸਮਝ ਆ ਰਹੀ ਹੈ ਜਾਂ ਉਸ ਬਾਰੇ ਇਨਫੋਰਮੇਸ਼ਨ ਤੁਹਾਨੂੰ ਘੱਟ ਹੈ, ਉਹਦੀਆਂ ਸਟ੍ਰੈਟਜੀਜ਼ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਉਸ ਦੀ ਸਟ੍ਰੈਟਜੀ ਨੰਬਰ 1 ਜਾਂ 1 ਕੀ ਹੈ? ਹਾਈਲਾਈਟ, ਅੰਡਰਲਾਈਨ ਔਰ ਸਰਕਲ ਦਾ ਕੀਵਰਡ। ਹਰ ਹਾਲਤ ਵਿੱਚ ਕੀ ਕਰਨਾ ਹੈ ਕਿ ਜੇ ਕੋਈ ਕੁਐਸਚਨ ਤੁਹਾਨੂੰ ਸਮਝ ਨਹੀਂ ਆ ਰਿਹਾ ਤੇ ਤੁਸੀਂ ਆਪਾਂ ਪੈਨ ਯੂਜ਼ ਕਰ ਸਕਦੇ ਹੋ। ਜੇ ਆਨਲਾਈਨ ਹੈ ਤੇ ਤੁਹਾਡੇ ਕੋਲ ਪੈਨ ਨਹੀਂ ਹੈ, ਉੱਥੇ ਥੋੜਾ ਔਖਾ ਹੈ। ਫੋਰ ਐਗਜ਼ਾਮਪਲ, ਇਹ ਕੁਐਸਚਨ ਮੈਂ ਪੜ੍ਹ ਰਿਹਾ ਹਾਂ, ਇਮੇਜ ਮੇਰੇ ਲਈ ਔਖਾ ਹੈ ਕੁਐਸਚਨ। ਕੰਸੈਪਟ, ਸਿੰਬਲ, ਸਾਈਨ, ਲੈਂਗੁਏਜ, ਮਸਲ ਐਕਟੀਵਿਟੀ। ਮਸਲ ਐਕਟੀਵਿਟੀ ਜਦੋਂ ਆਇਆ ਤੇ ਮੈਂ ਇਹ ਦੇਖਿਆ ਕਿ ਇਹ ਇਹਨਾਂ ਨਾਲ ਮੈਚ ਨਹੀਂ ਕਰ ਰਿਹਾ। ਅੱਛਾ, ਬ੍ਰੇਨ ਫੰਕਸ਼ਨਿੰਗ, ਇਹ ਮੈਨੂੰ ਕਨਫਿਊਜ਼ਿੰਗ ਹੈ, ਦੇਖੋ ਮੈਂ ਸਾਈਨ ਕਿੱਦਾਂ ਦਾ ਮਾਰ ਲਿਆ ਇਹ। ਸੋ ਤੁਹਾਨੂੰ ਇਹ ਚੀਜ਼ ਜੋ ਅੰਡਰਲਾਈਨ ਕਰਦੇ ਹੋ, ਸਰਕਲ ਕਰਦੇ ਹੋ, ਇਹ ਤੁਸੀਂ ਆਪਣਾ ਮੀਨਿੰਗ ਵੱਖਰਾ ਆਪ ਰੱਖਣਾ ਹੈ ਕਿ ਮੈਂ ਸਰਕਲ ਦਾ ਕੀ ਮੀਨਿੰਗ ਲਿਆ ਹੈ। ਜਿੱਦਾਂ ਮੈਂ ਰੱਖਦਾ ਹਾਂ ਕਿ ਸਰਕਲ ਮੀਨ ਇਹ ਇਹਨਾਂ ਤੋਂ ਵੱਖਰਾ ਹੈ, ਸਰਕਲ ਮੀਨ ਇਹ ਫੋਕਸ ਮੈਂ ਕਰਨਾ ਹੈ, ਜਾਂ ਸਰਕਲ ਮੀਨ ਇਹ ਮੇਰੇ ਲਈ ਔਖਾ ਹੈ, ਇਹ ਮੈਨੂੰ ਸਮਝ ਨਹੀਂ ਆ ਰਿਹਾ। ਇਟ ਮੀਨ ਜਦੋਂ ਸਰਕਲ ਕੀਤਾ ਹੈ, ਮੇਰਾ ਦਿਮਾਗ ਜ਼ਿਆਦਾ ਇਹਦੇ ਬਾਰੇ ਜਲਦੀ ਸੋਚ ਲਏਗਾ। ਜਦੋਂ ਮੈਂ ਸਰਕਲ ਲਗਾ ਲਿਆ ਹੈ ਤਾਂ ਮੇਰੇ ਦਿਮਾਗ ਵਿੱਚ, ਸਾਈਕੋਲੋਜੀ ਕਹਿੰਦੀ ਹੈ, ਇਹ ਵਾਲੀ ਇਨਫੋਰਮੇਸ਼ਨ ਜਲਦੀ ਨਾਲ ਲੌਂਗ ਟਰਮ ਮੈਮਰੀ ਚ ਚਲ ਜਾਂਦੀ ਹੈ। ਲੌਂਗ ਟਰਮ ਮੈਮਰੀ ਤੋਂ ਜਿਹੜੀ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਇਨਫੋਰਮੇਸ਼ਨ ਚਾਹੀਦੀ ਹੈ, ਉਹ ਜਲਦੀ ਹੀ ਉਹ ਸ਼ਾਰਟ ਟਰਮ ਮੈਮਰੀ ਵਿੱਚ ਲਿਆਉਂਦੇ ਹਨ। ਸ਼ਾਰਟ ਟਰਮ ਮੈਮਰੀ, ਜਿਸ ਨੂੰ ਵਰਕਿੰਗ ਮੈਮਰੀ ਵੀ ਕਹਿੰਦੇ ਹਨ, ਉਹਦੇ ਨਾਲ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਸੋ ਇਹ ਪਹਿਲੇ ਰੂਲ ਵਿੱਚ, ਫੋਰ ਐਗਜ਼ਾਮਪਲ ਹੋਰ ਕੋਈ ਕੁਐਸਚਨ ਪੜ੍ਹਦੇ ਹਾਂ, ਵਿੱਚ ਵਨ ਆਫ ਦੀ ਫੋਲੋਇੰਗ ਥਿਊਰੀਜ਼ ਆਫ ਇੰਟੈਲੀਜੈਂਸ, ਠੀਕ ਹੈ,
किसी वेले मैं डबल अंडरलाइन कर सकता हाँ, मैनू ज्यादा इंपोर्टेंट लगती है, किसी वेले मैं तीन अंडरलाइन कर सकता हाँ, मेरे दिमाग विच ओ इनफॉर्मेशन ज्यादा तेजी ना प्रोसेस होगी। मेरे लिए विच वन ऑफ द थ्योरीज इंपोर्टेंट नहीं है, इंटेलिजेंस ज्यादा इंपोर्टेंट है। एडवोकेट द प्रेजेंस ऑफ जी फैक्टर, मैं सर्कल कर लिया उत्ते एस फैक्टर, इस सर्कल कर लिया। हुण मेरा दिमाग इंटेलिजेंस जी ते एस वाली इंफॉर्मेशन कलैक्ट करने शुरू कर देता है। ठीक, सो इस तरह पहला साडा रूल की है, असी जान लिया है कि असी हाईलाइटर करना है। जे तुसी हाईलाइट नहीं करदे तुसी फिंगर का प्रयोग भी कर सकते हो, सर्कल भी कर सकते हो। नेक्स्ट है जिहड़ी गल मैं पिछे लगभग कर रहा हां, स्ट्रेटजी नंबर 2A, हेल्प डीप थिंकिंग एंड फोकस, डोंट अंडरलाइन टू मच। ओके, ए भी नहीं है कि तुसी वापस लिए इथे, ए भी नहीं है कि तुसी सारे दा सारा क्वेश्चन ही अंडरलाइन कर लेंदे हो। मान लो ये तुसी पढ़ रहे हैं सारा अंडरलाइन कर लिया, फिर कोई भी फायदा नहीं है। ठीक, अंडरलाइनिंग का मतलब है कि इस ते में ज्यादा फोकस करना है। ठीक, सारा अंडरलाइनिंग भी ते अवॉइड करनी है, ते बिल्कुल अंडरलाइनिंग नहीं कर रहे ये भी अवॉइड करना है। जेडे बच्चे नहीं अंडरलाइनिंग करते उन्होंने समझना ज्यादा औखा लगता है। अगे चलते हैं, ए बी ओके, यूज पेन और फिंगर वाइल रीडिंग। ठीक है, ऑफलाइन ऑनलाइन ये गल हो चुकी है, मैं पहले पॉइंट विच दस रहा हाँ। कंपेयर द मीनिंग ऑफ वर्ड्स और फ्रेज इफ द टेस्ट इज अवेलेबल इन सेकंड लैंग्वेज। असी जानते हाँ कि साडा पीएसटेट टेस्ट दो भाषावां विच है, इत्थे तां बड़ी अच्छी तरह नाल नाल दिते हुए हन। जे इस तरफ कॉलम विच इस तरफ कॉलम विच दिता हुआ है फिर भी कोई नहीं है। फॉर एग्जाम्पल तुहानू किसी भी शब्द का अर्थ मान लो समझ नहीं आया। फॉर एग्जाम्पल मेनू मेरा क्वेश्चन का आंसर इसलिए नहीं मिल रहा क्योंकि मेनू इसका आंसर मान लो इहदा मसल एक्टिविटी का नहीं पता। ठीक, ते ये दूसरी भाषा है, मेरा इंग्लिश भाषा है, ते हुण मैं यही क्वेश्चन नू ए समझण लई शरीरिक गतिविधियां पढ़ांगा। एक गल बहुत ज्यादा इंपॉर्टेंट, जेडे पंजाबी माध्यम वाले बच्चे हैं उन्हां दा नुकसान क्यों हुंदा है, क्योंकि पेपर इंग्लिश विच पाया जांदा है, उस तो बाद ट्रांसलेशन हुंदा है, ट्रांसलेशन विच गलती 10% 5% गलतियां जरूर होणगियां। ਇਹ ਕਿਹਾ ਵੀ ਜਾਂਦਾ ਹੈ ਕਿ ਜੇਕਰ ਕੁਝ ਦੁਚਿੱਤੀ ਜਾਂ ਡਬਲ ਮਾਈਂਡਡਨੈਸ ਜਾਂ ਕਨਫਿਊਜ਼ਨ ਜਾਂ ਕੋਈ ਸ਼ਿਕਾਇਤ ਹੁੰਦੀ ਹੈ ਪੇਪਰ ਦੀ, ਤਾਂ ਸਹੀ ਜਿਹੜਾ ਹੈ ਇੰਗਲਿਸ਼ ਵਾਲੇ ਨੂੰ ਸਮਝਿਆ ਜਾਏਗਾ। ਠੀਕ ਹੈ, ਕਿਉਂਕਿ ਇੰਗਲਿਸ਼ ਦੀ ਵੋਕੈਬਲਰੀ ਜ਼ਿਆਦਾ ਐਕੂਰੇਟ ਮੰਨੀ ਜਾਂਦੀ ਹੈ, ਪੇਪਰ ਉਸ ਵਿੱਚ ਥਿੰਕਰ ਨੇ ਪੜ੍ਹਿਆ ਸੀ ਤੇ ਸਮਝਿਆ ਸੀ ਪਾਇਆ ਸੀ। ਠੀਕ, ਸੋ ਜੇਕਰ ਪੰਜਾਬੀ ਵਾਲੇ ਹੋ ਤਾਂ ਤੁਸੀਂ ਉਹੀ ਸ਼ਬਦ ਦੂਸਰਾ ਇੱਥੋਂ ਪੜ੍ਹ ਸਕਦੇ ਹੋ। ਠੀਕ ਹੈ, ਸੋ ਇਹ ਉੱਥੇ ਜਿੱਥੇ ਸਾਨੂੰ ਸ਼ਬਦ ਦਾ ਅਰਥ ਸਮਝ ਨਹੀਂ ਆਇਆ ਤੇ ਅਸੀਂ ਦੂਸਰੀ ਭਾਸ਼ਾ ਵਿੱਚ ਉਸ ਨੂੰ ਸਮਝਣ ਲਈ ਜਾ ਰਹੇ ਹਾਂ। ਅੱਛਾ, ਸਟ੍ਰੈਟਜੀ ਨੰਬਰ 2D ਨੈਕਸਟ ਆ ਗਈ। ਵੈਨ ਦਾ ਕੁਐਸਚਨ ਇਜ਼ ਡਿਫੀਕਲਟ, ਵੈਨ ਦਾ ਸੈਂਟੈਂਸ ਇਜ਼ ਫੋਰ ਲੌਂਗ ਸੈਂਟੈਂਸ ਸਟੈਮ, ਹਾਂ ਜਦੋਂ ਬਹੁਤ ਜ਼ਿਆਦਾ ਡਿਫੀਕਲਟ ਕੁਐਸਚਨ ਹੈ ਜਾਂ ਬਹੁਤ ਜ਼ਿਆਦਾ ਲੰਬੀ ਸਟੇਟਮੈਂਟ ਹੈ ਤੇ ਉਹ ਕਿਤੇ ਸਮਝ ਨਹੀਂ ਆਉਂਦੀ, ਤਾਂ ਤੁਸੀਂ ਟੈਕਨੀਕ ਅਪਣਾ ਸਕਦੇ ਹੋ ਥਿੰਕ ਅਲਾਊਡ। ਥਿੰਕ ਅਲਾਊਡ ਟੈਕਨੀਕ ਕਿੱਥੋਂ ਮੈਂ ਕੱਢੀ ਹੋਈ ਹੈ, ਥਿੰਕ ਅਲਾਊਡ ਅਸੀਂ ਜਾਣਦੇ ਹਾਂ ਵਾਏ ਗੋਸਤਕੀ ਦੀ ਪ੍ਰਾਈਵੇਟ ਸਪੀਚ। ਪ੍ਰਾਈਵੇਟ ਸਪੀਚ ਵਿੱਚ ਇੱਕ ਸ਼ਖਸ ਹੈ ਜੋ ਬੱਚਾ ਹੈ ਬੋਲਦਾ ਹੈ, ਬੋਲਦਾ ਉਹ ਕਿਹਦੇ ਲਈ ਹੈ, ਕੋਈ ਟਾਸਕ ਕਰਨ ਲਈ। ਇੱਥੇ ਟਾਸਕ ਤੁਹਾਡਾ ਕੀ ਹੈ, MCQ। MCQ ਦੇ ਵਿੱਚ ਨੂੰ ਜਦੋਂ ਤੁਸੀਂ ਇਹਨਾਂ ਦੇਖ ਰਹੇ ਹੋ, ਠੀਕ ਹੈ, ਇਹ ਦੇਖ ਰਹੇ ਹੋ ਤੇ ਨਾਲ ਥੋੜਾ ਥੋੜਾ ਬੋਲ ਰਹੇ ਹੋ। ਥਿੰਕ ਅਲਾਊਡ ਦਾ ਮਤਲਬ ਜ਼ਿਆਦਾ ਬੋਲਣਾ ਹੈ, ਇਹ ਤੁਸੀਂ ਟਾਸਕ ਦੇ ਬਾਰੇ ਉਹਨੂੰ ਰੀਡ ਕਰਦੇ ਕਰਦੇ ਬੋਲ ਰਹੇ ਹੋ, ਜੋ ਜੋ ਰੀਡ ਕਰਦੇ ਹੋ ਉਹ ਜੋ ਅਲਾਊਡ ਬੋਲਦੇ ਹੋ ਉਹ ਤੁਹਾਡੀ ਥਿੰਕਿੰਗ ਪ੍ਰੋਸੈਸ ਨੂੰ ਹੈਲਪ ਕਰਦਾ ਹੈ ਇਨਫੋਰਮੇਸ਼ਨ ਪ੍ਰੋਸੈਸ ਕਰਨ ਲਈ, ਪ੍ਰੋਬਲਮ ਨੂੰ ਸੋਲਵ ਕਰਨ ਲਈ। ਹੁਣ ਕੁਐਸਚਨ ਇਹ ਹੈ ਕਿ ਇਸ ਪੇਪਰ ਵਿੱਚ ਥਿੰਕ ਅਲਾਊਡ ਕਰ ਹੀ ਨਹੀਂ ਸਕਦੇ, ਸੋ ਥਿੰਕ ਅਲਾਊਡ 4 ਲੈਵਲ ਦਾ ਹੈ, ਇੱਕ ਬੱਚਿਆਂ ਵਾਂਗ ਬਹੁਤ ਉੱਚੀ, ਇੱਕ ਥੋੜਾ ਨੀਵੀਂ ਕਿ ਆਵਾਜ਼ ਦੂਜੇ ਤੱਕ ਪਹੁੰਚ ਰਹੀ ਹੈ, ਇੱਕ ਤੀਸਰਾ ਤੁਹਾਡੀ ਆਵਾਜ਼ ਤੁਹਾਡੇ ਤੱਕ ਹੈ, ਆਵਾਜ਼ ਹੈ ਤੁਹਾਡੇ ਤੱਕ ਹੈ, ਚੌਥਾ ਲੈਵਲ ਜਿਹੜਾ ਪੱਕਾ ਅਪਲਾਈ ਕੀਤਾ ਜਾ ਸਕਦਾ ਹੈ ਕਿ ਤੁਸੀਂ ਲਿਪ ਮੂਵਮੈਂਟ ਕਰਦੇ ਹੋ ਜਦੋਂ ਪੜ੍ਹਦੇ ਹੋ। ਫੋਰ ਐਗਜ਼ਾਮਪਲ ਇੱਥੇ ਮੈਂ ਪੜ੍ਹ ਰਿਹਾ ਹਾਂ ਇਹ, ਠੀਕ ਹੈ, ਮਤਲਬ ਮੈਂ ਲਿਪ ਹਿਲਾ ਰਿਹਾ ਹਾਂ,
ਨਾਲ ਲਿਪਲਾ ਰਿਹਾ ਹਾਂ ਔਰ ਮਾੜੀ ਮਾੜੀ ਹਵਾ ਜਾਂ ਧੁਨੀ ਬਾਹਰ ਨਿਕਲ ਰਹੀ ਹੈ ਤੁਹਾਨੂੰ ਬੜੀ ਅਜੀਬ ਗੱਲ ਲੱਗਦੀ ਹੋਏਗੀ ਇੰਨੀ ਐਕਟੀਵਿਟੀ ਵੀ ਤੁਹਾਡੇ ਜੀਭ ਜਾਂ ਮੂੰਹ ਜਾਂ ਹਵਾ ਦੇ ਨਿਕਲਣ ਦੀ ਜੇ ਆਵਾਜ਼ ਨਿਕਲਦੀ ਹੈ ਇਹ ਤੁਹਾਡੀ ਬ੍ਰੇਨ ਦੀ ਥਿੰਕਿੰਗ ਨੂੰ ਉਹ ਖਾਸ ਸਮੱਸਿਆ ਨੂੰ ਪ੍ਰੋਬਲਮ ਨੂੰ ਕੁਐਸਚਨ ਨੂੰ ਐਮਸੀਕਿਊ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦੀ ਹੈ ਠੀਕ ਨੈਕਸਟ ਕਰਦੇ ਹਾਂ ਸਟ੍ਰੈਟਜੀ ਥਿੰਕ ਅਲਾਊਟ ਹੋ ਗਿਆ ਕਈ ਬੱਚਿਆਂ ਨੂੰ ਉੱਥੇ ਜਾ ਕੇ ਕੋਈ ਘਬਰਾਹਟ ਜਾਂ ਕੋਈ ਕਿਉਂਕਿ 150 ਮਿੰਟ ਹਨ 150 ਕੁਐਸਚਨ ਕਰਨੇ ਹਨ ਬ੍ਰੇਨ ਦੇ ਨਿਊਰੋਨ ਸਭ ਥਕਾਵਟ ਹੋ ਜਾਂਦੀ ਹੈ ਜਿਵੇਂ ਉਹ ਫਿਲਮ ਚ ਕਹਿੰਦੇ ਨਾ ਕੈਮੀਕਲ ਲੋਚਾ ਹੋ ਗਿਆ ਹੈ ਸੋ ਤੁਸੀਂ ਆਪਣੀ ਹੈਲਥ ਨੂੰ ਮੇਨਟੇਨ ਰੱਖਣ ਲਈ ਦੇਖੋ ਜੇਕਰ ਤੁਹਾਨੂੰ ਥਕਾਵਟ ਹੋ ਗਈ ਆ ਅੱਖਾਂ ਭਾਰੀਆਂ ਹੋਈਆਂ ਸਿਰ ਦੁਖਣ ਲੱਗ ਪਿਆ ਹੈ ਠੀਕ ਤੇ ਨੈਚੁਰਲੀ ਹੈ ਕਿ ਉਹ ਜਿਹੜਾ ਕੁਐਸਚਨ ਤੁਸੀਂ ਸਮਝ ਰਹੇ ਹੋ ਉਹ ਸਮਝ ਆਉਣਾ ਘੱਟ ਹੋ ਜਾਏਗਾ ਕਿਉਂਕਿ ਬ੍ਰੇਨ ਚ ਤੁਸੀਂ ਸਮੱਸਿਆ ਪੈਦਾ ਕਰ ਲਈ ਹੈ ਇੱਕ ਲੜਕੀ ਦਾ ਪਿਛਲੀ ਵਾਰ ਜਦੋਂ UGC ਨੈਟ ਹੋਇਆ ਮੈਂ ਇੰਟਰਵਿਊ ਕਰ ਰਿਹਾ ਸੀ ਤੇ ਮੈਂ ਕਿਹਾ ਆਪਣੀਆਂ ਗਲਤੀਆਂ ਦੱਸੋ ਉਹਨਾਂ ਨੇ ਗਲਤੀ ਦੱਸੀ ਕਿ ਮੈਂ ਖਾਣਾ ਨਹੀਂ ਜ਼ਿਆਦਾ ਮੈਂ ਬਹੁਤ ਖਾਲੀ ਪੇਟ ਲੈ ਕੇ ਗਈ ਸੀ ਥੋੜਾ ਫਰੂਟ ਖਾਧਾ ਸੀ ਤੇ ਮੈਨੂੰ ਉਹ ਇੰਨੇ ਟਾਈਮ ਦੇ ਵਿੱਚ ਭੁੱਖ ਲੱਗ ਗਈ ਭੁੱਖ ਦੇ ਨਾਲ ਮੇਰਾ ਸਿਰ ਦੁਖਣ ਲੱਗ ਪਿਆ ਮੈਂ ਕਿਹਾ ਇਸ ਨਾਲ ਕੋਈ ਨੁਕਸਾਨ ਹੋਇਆ ਜਾਂ ਇਦਾਂ ਲੱਗਾ ਕਿ ਤੁਹਾਡੇ ਕੋਲ ਪੜਿਆ ਨਹੀਂ ਜਾ ਰਿਹਾ ਕਹਿੰਦੇ ਹਾਂ ਲਾਸਟ ਵਾਲੇ ਕੁਐਸਚਨ ਮੇਰੇ ਪਿਤਾ ਜੀ ਕਰਦਾ ਸੀ ਮੈਂ ਛੱਡ ਕੇ ਆ ਜਾ ਔਰ ਮੇਰਾ ਸਿਰ ਇੰਨਾ ਦੁਖਣ ਲੱਗ ਪਿਆ ਭੁੱਖ ਦੇ ਕਾਰਨ ਸਿਰ ਦੁਖ ਰਿਹਾ ਦੁੱਖ ਦੇ ਕਾਰਨ ਇਹ ਕੁਐਸਚਨ ਪੜੇ ਨਹੀਂ ਜਾ ਰਹੇ ਔਰ ਇਨਫੋਰਮੇਸ਼ਨ ਪ੍ਰੋਸੈਸਿੰਗ ਨਹੀਂ ਹੋ ਰਹੀ ਥਿੰਕਿੰਗ ਨਹੀਂ ਹੋ ਰਹੀ ਆਂਸਰ ਗਲਤ ਹੋ ਰਹੇ ਹੈ ਦੇਖਿਆ ਇਸ ਲਈ ਇਸ ਤਰ੍ਹਾਂ ਦੀ ਮੈਨੇਜਮੈਂਟ ਕਰਨੀ ਹੈ ਆਪਣੀ ਖੁਰਾਕ ਦਾ ਅਕੋਰਡਿੰਗ ਆਪਣੀ ਬਾਡੀ ਮੁਤਾਬਕ ਧਿਆਨ ਰੱਖਣਾ ਹੈ ਜੇਕਰ ਅਜਿਹੀ ਸਮੱਸਿਆ ਕੋਈ ਆ ਜਾਂਦੀ ਹੈ ਥਕਾਵਟ ਆ ਜਾਂਦੀ ਹੈ ਤਾਂ ਸਟ੍ਰੈਟੇਜੀਜ਼ ਕਿਹੜੀਆਂ ਹਨ ਨੰਬਰ 1 ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਵੀ ਜੇ ਇਸ ਤਰ੍ਹਾਂ ਨਹੀਂ ਕਰਨਾ ਤੇ 10 ਸੈਕਿੰਡ ਕੋਈ ਇੱਕ ਮੰਨ ਲਓ ਮੈਂ ਕੁਐਸਚਨ ਪੜ੍ਹ ਰਿਹਾ ਹਾਂ ਕੁਐਸਚਨ ਪੜ੍ਹਦੇ ਸਾਰ ਹੀ ਇਹ ਕੁਐਸਚਨ ਚੱਲ ਰਿਹਾ ਹੈ ਇਹ ਰਿਹਾ ਕੁਐਸਚਨ ਕੁਐਸਚਨ ਚੱਲ ਪੜ੍ਹ ਰਿਹਾ ਹੁਣ ਇਹਦੇ ਬਾਰੇ ਸੋਚ ਰਿਹਾ ਹਾਂ ਕਿ ਇਮੇਜ ਇਹ ਹੋ ਕੀ ਹੁੰਦਾ ਹੈ ਤੇ ਉਸ ਵਕਤ ਤੁਸੀਂ ਸੋਚ ਰਹੇ ਹੋ ਆਪਣੀਆਂ ਅੱਖਾਂ ਨੂੰ ਥੋੜਾ ਜਿਹਾ ਦਬਾ ਲਓ ਬੇਸ਼ੱਕ ਜਦ ਤੱਕ ਸੋਚ ਰਹੇ ਹੋ ਤੁਹਾਡੀ ਥਿੰਕਿੰਗ ਚੱਲਣੀ ਸੀ ਚੱਲ ਰਹੀ ਹੈ ਤੁਸੀਂ ਅੱਖਾਂ ਨੂੰ ਦਬਾ ਰੱਖੋ 10 ਸੈਕਿੰਡ 15 ਸੈਕਿੰਡ 5 ਸੈਕਿੰਡ 2 ਸੈਕਿੰਡ ਜਿੰਨੇ ਵੀ ਸੈਕਿੰਡ ਤੁਹਾਨੂੰ ਮਿਲਦੇ ਹਨ ਇਹ 5-7 ਸੈਕਿੰਡ ਤੁਹਾਨੂੰ ਅਗਲੇ 10 ਮਿੰਟ ਦੀ એનર્ਜੀ ਦੇਣਗੇ ਸਾਈਕੋਲੋਜੀ ਦੀ ਰਿਸਰਚ ਸਾਬਤ ਕਰ ਚੁੱਕੀ ਹੈ ਪਰ ਸਾਡੇ ਤੱਕ ਇਹ ਰਿਸਰਚ ਅਸੀਂ ਅਪਲਾਈ ਨਹੀਂ ਕਰਦੇ ਪਿਆਜੇ ਨੂੰ ਪੜ੍ਹੀ ਜਾਵਾਂਗੇ ਵੈਗਸਕੀ ਨੂੰ ਪੜ੍ਹੀ ਜਾਵਾਂਗੇ ਥੋਰਨਡਾਈਕ ਨੂੰ ਪੜ੍ਹੀ ਜਾਵਾਂਗੇ ਅਪਲਾਈ ਨਹੀਂ ਕਰਦੇ ਮੈਂ ਕਹਿੰਦਾ ਕਿ ਅਪਲਾਈ ਕਰ ਲਓ ਠੀਕ ਨੈਕਸਟ ਸਟ੍ਰੈਟਜੀ ਹੈ ਸਾਡੀ अच्छा पामिंग कर सकते हो मैं एक दसी है ठीक है हेड रब जरूर करो जो समझ नहीं आता यस यू कैन जे जेकर मान लो मेरे तो पगड़ी बनी है तुसी इनू थोड़ा थोड़ा मल सकते हो को पेपर तो पहला मालिश करा के जा सकते हो इंच कोई हेजिटेशन वाली गल नहीं है ठीक अपनी नेक प्रेस कर सकते हो जे किसी नू घबराहट जां कोई सचमुच घबराहट दूसरी हुंदी है हेल्थ खराब हो वाला होने वाली हुंदी है कोई चक्कर आ रहा है बेटा ए थोड़ी जी इथो गर्दन तो ना इथो थोड़ा जिहा इनू प्रेस करो ਜਦੋਂ ਤੁਸੀਂ ਥੱਕ ਗਏ ਹੋ ਗਰਦਨ ਥੱਕ ਗਈ ਹੈ ਇਹਨੂੰ ਇਸ ਤਰ੍ਹਾਂ ਥੋੜਾ ਪ੍ਰੈਸ ਕਰੋ ਪਤਾ ਨਹੀਂ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਨਹੀਂ ਠੀਕ ਇਹ ਗਰਦਨ ਨੂੰ ਇਸ ਤਰ੍ਹਾਂ ਪ੍ਰੈਸ ਕਰ ਦਿਓ ਅਸਲ ਤੁਸੀਂ ਪੜ੍ਹਦੇ ਵਿੱਚ ਜੇ ਤੁਹਾਡਾ 150 ਮਿੰਟ ਹਨ ਮੇਰੇ ਖਿਆਲ ਵਿੱਚ ਤੁਸੀਂ 3 ਵਾਰ 2 ਵਾਰ 4 ਵਾਰ ਜਿੱਦਾਂ ਤੁਹਾਨੂੰ ਯਾਦ ਆ ਰਿਹਾ ਹੈ ਜਾਂ ਜ਼ਰੂਰਤ ਪੈਂਦੀ ਹੈ ਉਸ ਅੰਗ ਨੂੰ ਪ੍ਰੈਸ ਕਰ ਲਓ ਠੀਕ ਹੈ ਨੈਚੁਰਲੀ ਇਹ ਪੋਰਸ਼ਨ ਜ਼ਿਆਦਾ ਕੰਮ ਕਰ ਰਿਹਾ ਹੈ ਇਸ ਨੂੰ ਬਹੁਤ 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 ਇਫੈਕਟਿਵ ਸਟ੍ਰੈਟਜੀ ਹੈ ਅੱਗੇ ਹੈ ਕਿ ਡੀਪ ਬ੍ਰੀਥ ਕਰ ਸਕਦੇ ਹੋ ਠੀਕ ਕੁਐਸਚਨ ਸਮਝ ਨਹੀਂ ਆ ਰਿਹਾ ਜਾਂ ਹੈਲਥ ਜਾਂ ਘਬਰਾਹਟ ਜਾਂ ਚੱਕਰ ਪੇਪਰ ਸ਼ੁਰੂ ਹੋਣ ਵੇਲੇ ਟੈਨਸ਼ਨ ਹੈ ਡੀਪ ਬ੍ਰੀਥ ਕਰੋ ਸਲੋ ਜਿੰਨੀ ਸਲੋ ਡੀਪ ਬ੍ਰੀਥ ਕਰੋਗੇ ਸਾਡੀ ਡੀਪ ਬ੍ਰੀਦਿੰਗ ਦਾ ਸਾਡਾ ਟੈਨਸ਼ਨ ਥਿੰਕਿੰਗ ਦੇ ਨਾਲ ਚਿੰਤਾ ਦੇ ਨਾਲ ਸਿੱਧਾ ਸੰਬੰਧ ਹੈ ਜਿੰਨਾ ਇਹਨੂੰ ਸਲੋ ਕਰ ਲੋਗੇ ਉਦਾਂ ਹੀ ਉਹ ਸਲੋ ਤੇ ਸ਼ਾਂਤ ਹੋ ਜਾਏਗੀ ਠੀਕ ਇਹ ਹੋ ਗਏ ਸਾਡੇ ਨੈਕਸਟ ਸੋ ਇਹ ਕਿਹੜੀ ਹੋ ਗਈ 5E F ਲਾਸਟ ਠੀਕ ਰੀਰੀਡ ਸਟੈਮ ਡਿਪੈਂਡਿੰਗ ਅਪੋਨ ਯੋਰ ਰੀਡਿੰਗ ਐਬਿਲਿਟੀ ਡਿਪੈਂਡਿੰਗ ਅਪੋਨ ਯੋਰ ਡੀਅਰਿੰਗ ਓਕੇ ਇੱਕ ਸੁਜੈਸ਼ਨ ਹੈ ਲਾਸਟ ਸੁਜੈਸ਼ਨ ਇਸ ਪੇਪਰ ਦਾ ਕਿ ਜੇ ਨਹੀਂ ਸਮਝ ਆਉਂਦਾ ਉਸ ਨੂੰ ਰੀਰੀਡ ਕਰ ਰਹੇ ਹੋ ਤੁਸੀਂ ਜਨਰਲੀ ਇਹ ਕਿਹਾ ਵੀ ਜਾਂਦਾ ਹੈ ਕਿ ਜੇਕਰ ਤੁਹਾਨੂੰ ਆਸਾਨ ਕੁਐਸਚਨ ਵੀ ਹੈ ਤਾਂ ਫਿਰ ਵੀ ਉਸ ਕੁਐਸਚਨ ਸਾਰੇ ਨੂੰ ਰੀਡ ਕਰ ਲਓ ਕਈ ਵਾਰ
ਅਸੀਂ ਕਹਿੰਦੇ ਹਾਂ ਕਿ ਸੈਕਿੰਡ ਆਨਸਰ ਇਹ ਹੈ, ਇਹ ਅਸੀਂ ਛੱਡ ਦਿੰਦੇ ਹਾਂ, ਅਜਿਹਾ ਨਹੀਂ ਕਰਨਾ। ਠੀਕ, ਜਦੋਂ ਨਹੀਂ ਸਮਝ ਆ ਰਿਹਾ ਤੇ ਉਦੋਂ ਤੁਸੀਂ ਉਸ ਨੂੰ ਦੁਬਾਰਾ ਰੀਡ ਕਰੋ। ਦੁਬਾਰਾ ਰੀਡ ਕਰਦੇ ਹੋਏ ਇੱਕ ਗੱਲ ਇਹ ਫਿਰ ਯਾਦ ਰੱਖਣੀ ਹੈ ਕਿ ਦੁਬਾਰਾ ਰੀਡ ਕਰਦੇ ਹੋਏ ਤੁਹਾਨੂੰ ਲੱਗਾ ਹੈ ਕਿ ਕੋਈ ਵੱਖਰੀ ਚੀਜ਼ ਹੈ। ਫੋਰ ਐਗਜ਼ਾਮਪਲ, ਪਹਿਲਾਂ ਮੈਂ ਮਸਕੂਲਰ ਐਕਟੀਵਿਟੀ ਰੱਖਿਆ ਸੀ ਤੇ ਫਿਰ ਮੈਂ ਬ੍ਰੇਨ ਫੰਕਸ਼ਨਿੰਗ, ਓਕੇ, ਤੇ ਫਿਰ ਮੈਂ ਦੇਖਿਆ ਕਿ ਬ੍ਰੇਨ ਫੰਕਸ਼ਨਿੰਗ ਵੀ ਮੇਰੇ ਲਈ ਕੁਐਸਚਨ ਮਾਰਕ ਹੈ। ਤੇ ਤੁਸੀਂ ਦੂਸਰੀ ਰੀਡਿੰਗ ਵਿੱਚ ਤੁਹਾਡੀ ਥਿੰਕਿੰਗ ਫਿਰ ਫੋਕਸ ਚੇਂਜ ਹੋਇਆ ਹੈ, ਇੰਪੋਰਟੈਂਟ ਚੀਜ਼ ਫਿਰ ਤੁਸੀਂ ਲੱਭ ਲਈ ਹੈ। ਸੋ ਇਹਨਾਂ ਸਟ੍ਰੈਟਜੀਜ਼ ਦਾ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਇਹ ਦਾਵਾ ਹੈ ਕਿ ਤੁਹਾਡੇ ਬ੍ਰੇਨ ਦੀ ਥਿੰਕਿੰਗ, ਫੋਰ ਐਗਜ਼ਾਮਪਲ ਇਹ ਮੈਂ ਅੱਛਾ, ਇਹ ਤੁਹਾਡੇ ਬ੍ਰੇਨ ਵਿੱਚ ਜਿਹੜੀ ਇਨਫੋਰਮੇਸ਼ਨ ਪ੍ਰੋਸੈਸ ਹੁੰਦੀ ਹੈ, ਇਨਫੋਰਮੇਸ਼ਨ ਪ੍ਰੋਸੈਸ ਹੁੰਦੀ ਹੈ, ਇਹ ਉਸ ਨੂੰ ਫੈਸਿਲੀਟੇਟ ਕਰਦੀਆਂ ਹਨ ਚੀਜ਼ਾਂ। ਜਦੋਂ ਇਹ ਇਨਫੋਰਮੇਸ਼ਨ ਪ੍ਰੋਸੈਸ ਹੋਏਗੀ ਫੈਸਿਲੀਟੇਟ, ਫੋਰ ਐਗਜ਼ਾਮਪਲ ਥਿੰਕਿੰਗ ਕਹਿ ਲਓ, ਠੀਕ ਹੈ, ਤੇ ਜਿਹੜਾ ਤੁਹਾਡਾ MCQ ਹੈ ਉਹ ਸੋਲਵ ਹੋਣ ਦੀ ਪ੍ਰੋਬੇਬਿਲਿਟੀ ਜਿਹੜੀ ਹੈ ਮਿਨੀਮਮ 10% ਵੱਧ ਜਾਏਗੀ। ਸੋ ਇਹਦੇ ਬਾਰੇ ਕੋਈ ਕੁਐਸਚਨ ਹੋਵੇ ਕਮੈਂਟ ਬਾਕਸ ਪੁੱਛ ਸਕਦੇ ਹੋ। ਇਸ ਦੇ ਨਾਲ ਮੈਂ ਗੈਸ ਵਰਕ ਤੇ ਜਾਂ ਪੇਪਰ ਅਟੈਂਪਟ ਕਿਵੇਂ ਕਰਨਾ ਹੈ ਉਹਤੇ ਵੀਡੀਓ ਕੱਢੀਆਂ ਹਨ, ਦੇਖ ਸਕਦੇ ਹੋ, ਜੇ ਲਾਭ ਹੁੰਦਾ ਹੈ ਤੇ ਅਪਲਾਈ ਕਰ ਸਕਦੇ ਹੋ। ਥੈਂਕ ਯੂ।